ਅਸਲਾਮ ਵਾਲੇਕੁਮ ਜੀ ਸਾਰੇ ਭਾਈਆਂ ਨੂੰ ਔਰ ਰਾਣਾ ਮੁੰਨਾ ਸਾਹਿਬ ਦੇ ਤਮਾਮ ਸ਼ਾਗਿਰਦਾਂ ਨੂੰ ਔਰ ਤਮਾਮ ਜਿਹੜੇ ਚਾਹਣੇ ਵਾਲੇ ਨੇ ਉਹ ਸਭ ਨੂੰ ਮੇਰਾ ਅਸਲਾਮ ਵਾਲੇਕੁਮ। ਔਰ ਅਸੀਂ ਜਿਸ ਤਰ੍ਹਾਂ ਕਿ ਰਾਣਾ ਮੁੰਨਾ ਸਾਹਿਬ ਨੇ ਰਾਤ ਨੂੰ ਵਾਅਦਾ ਕੀਤਾ ਸੀ ਕਿ ਸਾਰੇ ਸ਼ਾਗਿਰਦਾਂ ਨੂੰ ਸਾਰੇ ਭਰਾਵਾਂ ਨੂੰ ਜਿਹੜੇ ਰਾਣਾ ਮੁੰਨਾ ਸਾਹਿਬ ਦੇ ਫੈਨ ਨੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਕਿ ਉਹਨਾਂ ਨੂੰ ਉਹਨਾਂ 2 ਵਜੇ ਸ਼ੋਅ ਕਰਵਾਵਾਂਗੇ, ਤਾਂ ਇਸ ਲਈ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਅਤੇ ਰਾਣਾ ਮੁੰਨਾ ਸਾਹਿਬ ਤੁਹਾਡੇ ਨਾਲ ਹੁਣੀ ਲਾਈਵ ਹੋਣਗੇ ਔਰ ਤੁਹਾਨੂੰ ਆਪਣੀਆਂ ਸਾਰੀਆਂ ਟਿਪਸ ਔਰ ਬਾਦੀ ਦੇ ਹਵਾਲੇ ਨਾਲ ਗੱਲ ਕਰਨਗੇ। ਅਤੇ ਬਾਕੀ ਤੁਹਾਨੂੰ ਮੈਂ ਉਹਨਾਂ ਦੀ ਛੱਤ ਦਾ ਵਿਊ ਦਿਖਾਉਂਦਾ ਵਾਂ, ਅਤੇ ਬਾਕੀ ਰਾਣਾ ਮੁੰਨਾ ਸਾਹਿਬ ਚੰਦ ਹੀ ਮਿੰਟਾਂ 'ਚ ਤੁਹਾਡੇ ਨਾਲ ਲਾਈਵ ਹੋਣਗੇ। ਇਹ ਰਾਣਾ ਮੁੰਨਾ ਸਾਹਿਬ ਦੀ ਛੱਤ ਦਾ ਵਿਊ। ਮਹਾਵਤ ਤੁੰਨਾ, ਹਾਂਜੀ 3 ਡੱਕੇ 13 ਰਹਿੰਦੇ ਆ, ਉਹ ਬੈਰੀ ਆ ਕਬੂਤਰ87 ਵਿਊਜ਼, 87 ਲੋਕ ਦੇਖ ਰਹੇ ਨੇ। ਬਸ 1-2 ਮਿੰਟ ਦੇ ਵਿੱਚ ਰਾਣਾ ਸਾਹਿਬ ਲਾਈਵ ਹੋਣਗੇ। ਆਪਣੇ 1-2 ਕਬੂਤਰ ਚੈੱਕ ਕਰ ਰਹੇ ਨੇ ਬਸ। ਬਾਕੀ ਜਿਹੜੇ ਤਮਾਮ ਦੋਸਤ ਦੇਖ ਰਹੇ ਨੇ ਉਹਨਾਂ ਨਾਲ ਗੁਜ਼ਾਰਿਸ਼ ਹੈ ਕਿ ਰਾਣਾ ਸਾਹਿਬ ਦੇ ਨੰਬਰ 'ਤੇ ਕਾਲ ਨਾ ਕਰਨ, ਫਿਲਹਾਲ ਉਹਨਾਂ ਦੀ ਆਈਡੀ ਤੋਂ ਹੀ ਲਾਈਵ ਚਲਾਇਆ ਹੋਇਆ, ਅਤੇ ਉਹ ਫਿਰ ਇਸ ਤਰ੍ਹਾਂ ਨੈੱਟ ਦੀ ਪ੍ਰੋਬਲਮ ਹੋ ਰਹੀ ਹੈ। ਤੁਹਾਨੂੰ ਨਜ਼ਰ ਆ ਰਿਹਾ ਕੋਈ ਕਬੂਤਰ ਉਹਨਾਂ ਦਾ ਬੈਠ ਰਿਹਾ ਸੀ ਤੇ ਉਹ ਦੇਖ ਰਹੇ ਨੇ। ਜੀ ਰਾਣਾ ਸਾਹਿਬ 123 ਵਿਊ ਦੇਖ ਰਹੇ ਨੇ, ਲੋਕ ਦੇਖ ਰਹੇ ਨੇ। ਜੀ ਜੀ ਮੈਂ ਤਾਂ ਲਗਣ ਨੂੰ ਦੇਖ ਰਿਹਾ ਸੀ। ਰਾਣਾ ਸਾਹਿਬ ਆ ਗਏ ਜੀ, ਆ ਜੀ ਰਾਣਾ ਸਾਹਿਬ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਹੁਤ ਸਾਰੇ ਦੋਸਤ ਮੁੰਤਜ਼ਰ ਨੇ ਕਿ ਰਾਣਾ ਸਾਹਿਬ ਦੀ ਅਸੀਂ ਟਿਪਸ ਲੈਣ ਵਾਸਤੇ ਔਰ ਉਹਨਾਂ ਦੇ ਬਾਜ਼ੀਆਂ ਦੇ ਔਰ ਸ਼ੌਕ ਦੇ ਹਵਾਲੇ ਨਾਲ ਗੱਲ ਕਰਨੇ ਚਾਹ ਰਹੇ ਨੇ ਸਾਰੇ ਬੰਦੇ, ਤੁਹਾਡੀ ਗੱਲ ਦੇ ਮੁੰਤਜ਼ਰ ਨੇ। ਔਰ ਬਰਾਏ ਕਰਮ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਦਿਓ ਅਤੇ ਤੁਸੀਂ ਉਹਨਾਂ ਨੂੰ ਆਪਣਾ ਥੋੜ੍ਹਾ ਜਿਹਾ ਸ਼ੌਕ ਦਿਖਾ ਦਿਓ।
ਵਾਲੇਕੁਮ ਸਲਾਮ ਸਾਰੇ ਭਰਾਵਾਂ ਨੂੰ ਜਿਹੜੇ ਦੇਖ ਰਹੇ ਨੇ ਔਰ ਜਿਹੜੇ ਵਾਚ ਕਰ ਰਹੇ ਨੇ, ਸਾਰੇ ਜਿਹੜੇ ਵਾਚ ਕਰ ਰਹੇ ਔਰ ਕਮੈਂਟ ਕਰ ਰਹੇ ਨੇ, ਸਭ ਨੂੰ ਰਾਣਾ ਸਾਹਿਬ ਵੱਲੋਂ ਵਾਲੇਕੁਮ ਸਲਾਮ, ਮੇਰੇ ਵੱਲੋਂ ਵੀ ਵਾਲੇਕੁਮ ਸਲਾਮ ਜਿਹੜੇ ਸਲਾਮ ਕਰ ਰਹੇ ਨੇ। ਰਾਣਾ ਸਾਹਿਬ ਕੋਈ ਕਬੂਤਰ ਆਪਣਾ ਕੋਈ ਫੜ ਕੇ ਤੁਹਾਨੂੰ ਸ਼ੌਕ ਕਰਵਾਉਣਗੇ ਕੋਈ। ਰਾਣਾ ਸਾਹਿਬ ਕਬੂਤਰ ਲੈ ਕੇ ਆਏ ਨੇ, ਕਬੂਤਰੀ ਲਈ, ਕਬੂਤਰੀ ਜੀ, ਕਬੂਤਰੀ ਲੈ ਕੇ ਆਏ ਨੇ ਜੀ। ਸਭ ਤੋਂ ਪਹਿਲੇ ਤਾਂ ਮੈਂ ਦੱਸ ਦੇਵਾਂ ਕਿ ਹਾਲੇ ਕਬੂਤਰ ਲੈਸ਼ ਨਹੀਂ ਹੋਏ, ਮੈਂ ਖੁਦ ਬੜੇ ਦਿਨ ਬਾਅਦ ਆਇਆ ਅਤੇ ਜੇਠ ਵਾਸਤੇ ਜਿਹੜੀ ਮੇਰੀ ਤਿਆਰੀ ਹੈ ਨਾ, ਕੁਛ ਦੋਸਤਾਂ ਨੂੰ ਮੈਂ ਦਿਖਾਉਣਾ ਚਾਹ ਰਿਹਾ ਸੀ ਅਤੇ ਖੁਦ ਵੀ ਦੇਖਣਾ ਚਾਹ ਰਿਹਾ ਸੀ। ਇਹ ਦੇਖੋ, ਇਹ ਪੱਠੀ ਲਾਲ ਬੁਲੀਆਂ ਵਾਲਾ ਕਰਾਸ ਹੈ ਅਤੇ ਇਹ ਬੱਚਾ ਮੇਰੇ ਕੋਲ ਬਾਜੀ 'ਚ ਵੀ ਉੱਡਦਾ ਰਿਹਾ, 5:30 ਤੱਕ ਬੈਠਾ ਸੀ, ਛੋਟਾ ਜਿਹਾ, ਅਤੇ ਹਾਲੇ ਥੋੜ੍ਹੇ ਜਿਹੇ ਮਤਲਬ 2-2 ਇੰਚ ਕਬੂਤਰ ਘੱਟ ਨੇ, ਲੇਕਿਨ ਅੱਛੇ ਲੈਸ ਹੋ ਰਹੇ ਨੇ। ਔਰ ਇਹ ਸਾਡੀ ਜੇਠ ਦੀ ਤਿਆਰੀ ਵਾਸਤੇ ਮਤਲਬ ਕਬੂਤਰ ਜਿਹੜੇ ਮੈਂ ਤਿਆਰ ਕੀਤੇ ਨੇ ਕੰਪੀਟੀਸ਼ਨ ਲਈ ਨਾ, ਦਿਖਾਓ। ਇਹ ਪੱਠੀ ਮੈਂ ਪਿਛਲੇ ਸਾਲ ਬਾਜ਼ੀ ਨਹੀਂ ਸੀ ਪਾਈ, ਆਖਰੀ ਫੜਕ ਥੋੜ੍ਹੀ ਜਿਹੀ ਲੂਜ਼ ਆਈ ਸੀ, ਗਰਮੀ ਬਹੁਤ ਸੀ, 2:45 ਵਜੇ, ਚਲੋ ਬਚ ਗਈ ਸੀ। ਅਤੇ ਇਨਸ਼ਾਅੱਲਾ ਤਾਲਾ ਇਸ ਦਫ਼ਾ ਮੇਰਾ ਪ੍ਰੋਗਰਾਮ ਹੈ ਇਹਨੂੰ ਜੇਠ ਦੇ ਵਿੱਚ ਲਿਆਉਣ ਦਾ ਨਾ। ਅਤੇ ਰਣ ਸਾਹਿਬ ਕਿਹੜੀ ਹੈ ਨਸਲ ਜੇ? ਇਹ ਮੇਰੇ ਸਫੇਦ ਕੜੀਆਂ ਵਾਲੇ ਆ, ਉਹਨਾਂ 'ਚੋਂ ਬਣੀ, ਇੱਕ ਸਿਆਲਕੋਟੀ ਕਬੂਤਰ ਦਾ ਕਰਾਸ ਹੈ, ਮਤਲਬ ਜੌਂਸਰੇ ਔਰ ਸਿਆਲਕੋਟੀ ਮਤਲਬ ਫਰਾਂਸੀ ਕਬੂਤਰ ਜਿਹੜੇ ਮੇਰੇ ਨਾ, ਉਹਨਾਂ ਦੀ ਇਹ ਪੱਠੀ ਹੈ। ਰਾਣਾ ਸਾਹਿਬ ਉਹਦੀ ਅੱਖ ਦਾ ਵੀ ਸ਼ੌਕ ਕਰਵਾ ਰਹੇ ਨੇ, ਤੁਹਾਨੂੰ ਦਿਖਾ ਰਹੇ ਨੇ, ਬਹੁਤ ਕਲੋਜ਼ ਕਰਵਾ ਰਹੇ। ਲਾਲ ਬੁਲੀਆਂ ਵਾਲੇ ਅਤੇ ਫਰਾਂਸੀਆ ਕਰਾਸ ਹੈ ਜਿਹੜਾ ਮੈਂ ਅਕਸਰ ਚੜ੍ਹਾਉਂਦਾ ਹੁੰਦਾ ਨਾ। ਇਹ ਦੇਖੋ, ਕਬੂਤਰ ਹਲੇ ਥੋੜ੍ਹੇ ਘੱਟ ਨੇ, ਅੱਛੇ ਲੈਸ ਹੋ ਜਾਣੇ ਕਬੂਤਰ ਮਾਸ਼ਾਅੱਲਾ। ਵੈਸੇ ਤਾਂ ਅੱਜ ਕੱਲ੍ਹ ਬੱਚੇ ਛੱਡ ਰਿਹਾ ਮੈਂ, ਮੈਂ ਆਪ ਖੁਦ ਪਹਿਲੀ ਦਫ਼ਾ ਆਇਆ ਅੱਜ ਮਹੀਨੇ ਬਾਅਦ ਨਾ, ਉਹ 27-28 ਬੱਚੇ ਉੱਪਰ ਨੇ ਅਤੇ ਇੱਕ ਨੂੰ ਮੇਰਾ ਖਿਆਲ ਲਗੜ ਲੈ ਗਿਆ, ਮੇਰਾ ਮੌਤ ਭੱਜਿਆ ਜਾ ਰਿਹਾ ਉਹਦੇ ਮਗਰ। ਤਮਾਮ ਭਰਾਵਾਂ ਦਾ ਬਹੁਤ ਸ਼ੁਕਰੀਆ ਜਿਹੜੇ ਵਾਚ ਕਰ ਰਹੇ ਨੇ ਔਰ ਜਿਹੜੇ ਕਮੈਂਟ ਕਰ ਰਹੇ ਨੇ। ਫਿਲਹਾਲ ਰਾਣਾ ਸਾਹਿਬ ਉਹਨਾਂ ਦੇ ਕਮੈਂਟ ਦਾ ਹਾਲੇ ਕੋਈ ਜਵਾਬ ਨਹੀਂ ਦੇ ਸਕਦੇ, ਬੜਾ ਸ਼ੌਕ ਕਰਵਾ ਰਹੇ ਨੇ, ਬਾਅਦ 'ਚੋਂ ਗੱਲ ਹੋਏਗੀ। ਇਹ ਵੀ ਫਰਾਂਸੀ ਹੈ ਅਤੇ ਲਾਲ ਬੁਲੀਆਂ ਵਾਲਾ ਕਰਾਸ, ਔਰ ਇਹ ਦੇਖੋ, ਪਰ ਹਾਲੇ ਮਤਲਬ ਘੱਟ ਨੇ ਇਹਨੇ ਨੇ ਨਾ,
ਮਤਲਬ 15 ਦਿਨ ਤੱਕ ਕਬੂਤਰ ਪੂਰੇ ਲੈਸ ਹੋਣਗੇ, ਛੋਟੇ ਨੇ ਹਲੇ। ਆ ਦੇਖੋ ਸਿਗਨਲ ਸਹੀ ਹੈ, ਕੋਈ ਮਸਲਾ ਨਹੀਂ, ਬਿਲਕੁਲ ਸਹੀ ਹੈ। ਅੱਛਾ ਜੀ, ਦੂਸਰੇ ਖੁੱਡੇ ਜਾ ਰਹੇ ਜੀ। ਟੋਟਲ 6 kgs ਆ, 6 ਅਤੇ ਮੇਰਾ ਖਿਆਲ ਤਕਰੀਬਨ ਮੇਰੇ ਕੋਲ ਜੇਠ ਵਾਸਤੇ ਘਰ ਦੇ ਕਬੂਤਰ ਜਿਹੜੇ ਨੇ ਮੇਰੇ ਤਕਰੀਬਨ 400+ ਆ। ਇਨਸ਼ਾ ਅੱਲਾਹ ਤਾਲਾ ਇਹਨਾਂ 'ਚ ਵੀ ਹਾਲੇ ਮੈਂ ਇਸ ਸਾਲ ਜੇਠ ਦੇ ਵਿੱਚ ਇਹਨੂੰ ਹੋਰ ਰਿਫਾਈਨ ਕਰਾਂਗਾ, ਛਾਂਟੀ ਕਰਾਂਗਾ, ਥੋੜ੍ਹੀ ਘਟਾਵਾਂਗਾ, ਫਿਰ ਨਵੇਂ ਜੋੜਿਆਂ ਦੇ ਆਉਣਗੇ ਅਤੇ ਫਿਰ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਨਰਾਂ ਦੇ ਵਿੱਚੋਂ ਵੀ ਕੁਝ 2-4 ਕਬੂਤਰ ਮੈਂ ਦਿਖਾਉਂਦਾ। ਇੱਕ ਮੈਂ ਆਪਣਾ ਫੇਵਰੇਟ ਕਬੂਤਰ ਦਿਖਾਵਾਂਗਾ ਜਿਹੜਾ ਕਿ ਮੇਰਾ ਖਿਆਲ ਆ ਉਹ ਇੱਕ ਮੌਸੂਫ ਕਹਿ ਰਹੇ ਸੀ ਉਹ ਵੱਧ ਖਲਾਕੀ ਦਾ, ਅਤੇ ਉਹ ਇਸ ਸਾਲ ਫਿਰ ਉਹਨਾਂ ਦੇ ਨਾਲ ਨਾ ਬਦਤਮੀਜ਼ੀ ਜ਼ਰੂਰ ਕਰੇਗਾ ਉਹ ਮੇਰਾ ਕਬੂਤਰ, ਅੱਲਾਹ ਦੇ ਹੁਕਮ ਨਾਲ ਉਹ ਮੈਂ ਜ਼ਰੂਰ ਤੁਹਾਨੂੰ ਸ਼ੌਕ ਕਰਾਵਾਂਗਾ ਉਹਦਾ, ਔਰ ਮੈਂ ਖੁਦ ਵੀ ਉਹਨੂੰ ਹੀ ਦੇਖਣ ਆਇਆ। ਰਾਣਾ ਸਾਹਿਬ ਆਪਣਾ ਫੇਵਰੇਟ ਕਬੂਤਰ ਦੇਖਣ ਆਏ ਨੇ, ਚਲੋ ਤੁਹਾਨੂੰ ਵੀ ਦਿਖਾਉਂਦੇ ਨੇ, ਉਹਦਾ ਸ਼ੌਕ ਕਰਵਾਉਂਦੇ ਨੇ ਅਤੇ ਅਸੀਂ ਵੀ ਦੇਖਦੇ ਹਾਂ ਕੀ ਬਲਾ ਕਬੂਤਰ ਹੈ ਉਹ। ਗੱਲ ਕਿਸਮਤ ਦੀ ਹੁੰਦੀ ਬਾਜ਼ੀ ਜਾਣਾ ਅਤੇ ਹਾਰ ਜੇ ਤੱਲਾ ਪਾਕ ਦੇ ਹੱਥ 'ਚ ਆ, ਇਹ ਬਿਲਕੁਲ ਕੋਈ ਸ਼ੱਕ ਨਹੀਂ ਜੀ। ਅਲਹਮਦੁਲਿਲਾ ਮੇਰੀ ਤਿਆਰੀ ਕਾਫੀ ਹੈ, ਬਾਕੀ ਤੁਹਾਨੂੰ ਪਤਾ ਫੈਸਲਾਬਾਦ ਦੀ ਫਿਕਸ ਬਾਜ਼ੀ ਦੇ ਵਿੱਚ ਨਾ 100 ਮਸਲੇ ਮਸਾਇਲ ਮੌਸਮ ਦੇ, ਰਾਣਾ ਸਾਹਿਬ ਦੇ ਚਾਹਣ ਵਾਲੇ ਬਹੁਤ ਸਾਰੇ ਲੋਕ ਦੇ ਆਵਾਜ਼ ਕਰ ਰਹੇ ਨੇ ਅਤੇ ਬਸ ਰਾਣਾ ਸਾਹਿਬ ਆਪਣਾ ਕਬੂਤਰ ਦਿਖਾਉਣ ਲੱਗੇ ਨੇ ਜਿਹੜਾ ਉਹਨਾਂ ਦਾ ਫੇਵਰੇਟ ਕਬੂਤਰ ਹੈ। ਜੀ ਰਾਣਾ ਸਾਹਿਬ ਦਾ ਫੇਵਰੇਟ ਕਬੂਤਰ ਆ ਗਿਆ ਜੀ, ਇਹ ਉਹ ਨਹੀਂ ਹੈ ਲੇਕਿਨ ਇਹਦੀ ਵੀ ਹਿਸਟਰੀ ਤੁਹਾਨੂੰ ਦੱਸ ਦੇਵਾਂ। ਇਹ 2017 ਜਦੋਂ ਮੈਂ ਜੇਠ ਚੈਂਪੀਅਨ ਹੋਇਆ ਸੀ ਨਾ ਜੀ, ਅਤੇ ਇਹ ਬੱਚਾ ਸੀ 2 ਪਰ ਦਾ ਜੀ ਜੀ, ਅਤੇ ਪਿਛਲੇ ਸੀਜ਼ਨ ਇਹਨੂੰ ਲਗੜ ਨੇ ਪਾੜ ਦਿੱਤਾ ਸੀ ਜੀ, ਮਤਲਬ ਥੋੜ੍ਹਾ ਜਿਹਾ ਹੱਬ ਮਾਰਨ ਲੱਗ ਪਿਆ। ਇਹ 2017 ਦਾ ਬਦਤਮੀਜ਼ ਕਰਾਰ ਪਾਇਆ ਗਿਆ, ਇਹਨੇ ਬਦਤਮੀਜ਼ੀ ਕੀਤੀ ਸੀ 7:51 'ਤੇ ਬਹਿ ਕੇ ਨਾ, ਅਤੇ ਬੜਾ ਬਦਤਮੀਜ਼ ਆ ਇਹ, 8 ਵਜੇ ਲਾਸਟ ਟਾਈਮ ਸੀ ਔਰ ਇਹ 2 ਪਰ ਦਾ ਬੱਚਾ ਸੀ, ਫਿਕਸ ਬਾਜ਼ੀ ਸੀ, ਪੂਰਾ ਦਿਨ ਤੂਫਾਨ ਚੱਲਦਾ ਸੀ, ਯਾਨੀ ਕਿ ਸ਼ਰਾਰਤੀ ਵੀ ਕਿਹਾ ਜਾ ਸਕਦਾ, ਬਦਤਮੀਜ਼ ਬੜੀ ਵੱਧ ਖਲਾਕੀ ਹੈ ਇਹਦੇ 'ਚ ਵੀ। 7:31 'ਤੇ ਬੈਠਾ, ਕਿਸੇ ਦਾ 7:40 'ਤੇ ਬੈਠਾ, ਇਹ ਬੜਾ ਬਦਤਮੀਜ਼ ਨਿਕਲਿਆ, ਇਹ 7:51 'ਤੇ ਬਹਿ ਕੇ ਚੈਂਪੀਅਨ ਹੋ ਗਿਆ, ਅਤੇ ਉਹਦਾ ਵੀ ਸ਼ੌਕ ਮੈਂ ਤੁਹਾਨੂੰ ਕਰਾਉਣਾ, ਇਹ ਦੇਖ ਲਓ ਇਨਸ਼ਾ ਅੱਲਾਹ ਤਾਲਾ ਇਸ ਸਾਲ ਉੜੇਗਾ। ਇਹ ਬੱਚਾ ਮੇਰਾ 23 ਨੰਬਰ ਜਿਹੜਾ ਦੜਵੀ ਵਾਲੀ ਦੇ ਨਾਲ ਓਵਰ ਟਾਈਮ ਬੈਠੀ ਸੀ ਅਤੇ ਇਹ ਬੈਠਾ ਸੀ, ਇਨਸ਼ਾ ਅੱਲਾਹ ਤਾਲਾ ਇਸ ਦਫ਼ਾ ਇਹ ਕਬੂਤਰ ਉੜੇਗਾ। ਜਦੋਂ ਮੈਂ ਛੱਤ ਇਹ ਵਾਲੀ ਬਣਾਈ ਸੀ ਇਹ ਉਹਨਾਂ ਕਬੂਤਰਾਂ ਦੇ ਵਿੱਚ ਮੇਰਾ ਖਿਆਲ ਇਹ ਪਹਿਲੇ ਕਬੂਤਰਾਂ ਦੇ ਵਿੱਚ ਇਹ ਪਲਿਆ ਸੀ, ਇਹਦੀ ਵੀ ਬਦਤਮੀਜ਼ੀ ਬਹੁਤ ਮਸ਼ਹੂਰ ਆ, 2017 ਦਾ ਅਵਾਰਡ ਯਾਫਤਾ ਬਦਤਮੀਜ਼ੀ ਦਾ ਨਾ ਚੈਂਪੀਅਨ 2017 ਰਾਣਾ ਸਾਹਿਬ ਦਾ 2017 ਦਾ ਚੈਂਪੀਅਨ ਕਬੂਤਰ ਬੱਚਾ ਜਿਹੜਾ ਇਹ ਰਾਣਾ ਸਾਹਿਬ ਦਾ ਨਾਮ ਕੀ ਹੈ ਜੀ? 23 ਨੰਬਰ ਜੀ,
ਚੈਂਪੀਅਨ ਫੈਸਲਾਬਾਦ 2017 ਸਾਰੇ ਭਰਾ ਸ਼ੌਕ ਕਰ ਲੈਣ ਜੀ 23 ਨੰਬਰ 2017 ਦਾ ਨਾ ਉਹ ਕਿਹੜਾ ਮਤਲਬ ਲੱਕੜ ਦਾ 2017 ਦੇ ਚੈਂਪੀਅਨ ਕਬੂਤਰ ਦੀ ਦੋ ਪਰ ਦਾ ਬੈਠਾ ਜੀ 751 ਦੇ ਕੌਣ ਜੀ ਮਲਿਕ ਸਾਹਿਬ ਜੀ ਜੀ ਜਾਲੀ ਪੀਰ ਆ ਰਹੇ ਲਿਓ 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 ਓਕੇ ਓਕੇ ਆ ਜੀ ਮਲਿਕ ਸਾਹਿਬ ਕਹਿ ਰਹੇ ਨੇ ਜੀ ਦੇਸੀ ਪਕਾਉਣਾ ਅਤੇ ਲੈ ਕੇ ਆ ਰਹੇ ਜੀ ਅਸੀਂ ਰਾਣਾ ਸਾਹਿਬ ਦੀ ਹੋਰ ਕੋਈ ਚੀਜ਼ ਲੈ ਕੇ ਆਏ ਸਾਲ ਦਾ ਚੀਜ਼ ਨਹੀਂ ਕਬੂਤਰ ਅਸਤਾ ਕਬੂਤਰ ਜੀ ਕਬੂਤਰ ਜਿਹੜਾ ਮੇਰਾ ਮਤਲਬ ਜਿਹੜੇ ਨਵੇਂ ਕਬੂਤਰਾਂ 'ਚ ਫੇਵਰੇਟ ਆ ਨਾ ਜੀ ਇਹਦਾ ਨਾਮ ਹੈ ਬਦਰੰਗ ਬਦਰੰਗ ਜੀ ਇਹਦੀ ਮਾਂ ਹੈ ਲਾਲ ਬੁੱਲੀਆਂ ਵਾਲੀ ਪੱਠੀ ਅਤੇ ਨਾਰੇ ਟੈਡੀ ਇਹ ਮੇਰੇ ਕੋਲ ਮਾਸ਼ਾਅੱਲਾ ਇੱਥੇ ਬੱਚਾ 7:45 ਵਜੇ ਤੱਕ ਰਾਤ ਨੂੰ ਬੈਠਾ ਹੈ ਖੈਰ ਕਰੇ ਅੱਲਾ ਖੈਰ ਕਰੇ ਹਾਰ ਜਿੱਤ ਮਨਜਾਨ ਬੱਲਾ ਤਾਲਾ ਹੈ ਮਤਲਬ ਇੱਕ ਦਫ਼ਾ ਕਬੂਤਰਬਾਜ਼ੀ ਦਾ ਪਤਾ ਜ਼ਰੂਰ ਲੱਗ ਜਾਏਗਾ ਮਤਲਬ ਤਿਆਰੀ ਪੂਰੀ ਹੈ ਬਾਕੀ ਇੱਜ਼ਤ ਜ਼ਿਲਤ ਅੱਲਾ ਤਾਲਾ ਦੇ ਹੱਥ 'ਚ ਆਹ ਦੇਖੋ ਮਾਸ਼ਾਅੱਲਾ ਜੀ ਬਹੁਤ ਸਾਰੇ ਬਹੁਤ ਭਰਾਵਾਂ ਦਾ ਸਾਰਾ ਬਹੁਤ ਸ਼ੁਕਰੀਆ ਜੀ 436 ਵਿਊਜ਼ ਹੋ ਗਏ ਨੇ ਇਹ ਉਹ ਕਬੂਤਰ ਜੀ ਲਓ ਜੀ ਇਹਦਾ ਸ਼ੌਕ ਕਰੋ ਕਿਹੜਾ ਜੀ ਰਣ ਸਰ ਇਹ ਮੇਰਾ 16 ਨੰਬਰ 16 ਨੰਬਰ ਕਬੂਤਰ ਜੀ ਪਿਛਲੇ ਸਾਲ ਜੇਠ ਚੁੜਿਆ ਮੇਰੇ ਕੋਲ ਇਹ ਹੀ ਬਚਿਆ ਸੀ ਬਾਕੀ ਤੂਫਾਨ 'ਚ 5 ਮੇਰੇ ਚਲੇ ਗਏ ਸੀ ਅਤੇ ਅੱਖ ਦਾ ਸ਼ੌਕ ਵੀ ਕਰੋ ਜੀ ਹਾਂਜੀ ਇਹਦਾ ਕਲਰ ਦਿਖਾਓ ਇਹ ਮੇਰੇ ਲਾਖੇ ਨੇ ਜੀ ਔਰ ਇਨਸ਼ਾਅੱਲਾ ਤਾਲਾ ਇਹ ਬੜਾ ਬਹੁਤ ਆਲਾ ਕਬੂਤਰ ਹੈ ਸਿਰਫ ਹਨੇਰੀ ਆਉਣ ਨਾਲ ਤੂਫਾਨ ਆਉਣ ਨਾਲ ਸੈੱਟ ਜਿਹਾ ਟੁੱਟ ਕੇ ਨਾ ਫਿਰ ਉਹ ਪਰਫਾਰਮ ਨਹੀਂ ਕਰ ਸਕਿਆ ਕਬੂਤਰ ਵੈਸੇ ਤਾਂ ਮੇਰੇ ਕੋਲ 46, 44, 45 'ਚ ਵੀ 5-5, 6-6 ਵਜੇ ਤੱਕ ਬਹਿੰਦਾ ਰਿਹਾ ਹੈ ਅਤੇ ਇਹ ਦੇਖੋ ਮੈਨੂੰ ਨਾ ਦਿਖਾਓ ਕਬੂਤਰ ਦਿਖਾਓ ਲੋਕਾਂ ਨੂੰ ਦੇਖੋ ਜੀ ਕੁੱਦੇ ਦਾ ਸ਼ੌਕ ਕਰੋ ਜੀ 16 ਨੰਬਰ ਮੇਰਾ ਇਹ ਲਾਖਾ ਕਬੂਤਰ ਹੈ ਇਹ ਪਿਛਲੇ ਸਾਲ ਬਾਜ਼ੀ 'ਚ ਉੜਿਆ ਹੈ ਇਹਨੇ ਵੀ ਬੜੀ ਬਦਤਮੀਜ਼ੀ ਕੀਤੀ 2018 ਜੀ 19 'ਚ ਜੀ 2019 ਦਾ 5 ਮਿੰਟ 7 ਮਿੰਟ 19 ਮਿੰਟ ਜਿੱਤ ਕੇ ਹੀ ਬਹਿ ਜਾਂਦਾ ਸੀ ਅਤੇ ਫਿਰ ਬਦਤਮੀਜ਼ੀ ਹੋਇਆ ਹੈ ਵਾਹਲੀ ਬਾਤ ਹੈ ਸ਼ਰਾਰਤੀ ਵੀ ਕਹਿ ਸਕਦੇ ਹਾਂ ਜੀ ਮਾਸ਼ਾਅੱਲਾ ਰਾਣਾ ਸਾਹਿਬ ਦੇ ਬੜੇ ਅੱਛੇ ਕਬੂਤਰ ਨੇ ਅੱਲਾ ਪਾਕ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲਾਵੇ ਹਾਂ ਤੁਲੇ ਅੱਛਾ ਪਤਾ ਫਿਲਹਾਲ ਤੁਨੇ ਉਹ ਅੰਦਰ ਖੁੱਡੇ 'ਚ ਵੜੇ ਹੋਏ ਆ ਅਤੇ ਅੱਜ ਦੱਸ ਦਿਆਂ ਮਹਿਮਾਨ ਵੀ ਥੱਲੇ ਆਏ ਉਹ ਦਰਵਾਜ਼ਾ ਖੜਕਾ ਰਹੇ ਨੇ ਮੇਰੇ ਖਿਆਲ ਬਾਹਰ ਦਰਵਾਜ਼ੇ 'ਤੇ ਲੋਕ ਕਰਦੇ ਪਏ ਦੇਖੀ ਆ ਕੇ ਮੇਰੇ ਕੋਲ ਆ ਜਾਓ ਭਈਆ ਉੱਪਰ ਆ ਜਾਓ ਚਾਰ ਸੌ 450 ਵਿਊ ਹੋ ਗਏ ਨੇ
ਰਾਜ ਸਾਹਿਬ ਆਪਣੀ ਦੇਖ ਰਹੇ ਨੇ, ਕੋਈ ਉਹਨਾਂ ਨੂੰ ਨਜ਼ਰ 'ਚ ਨਹੀਂ ਆ ਰਿਹਾ ਕੋਈ। ਅਸਲ 'ਚ ਰਾਣਾ ਸਾਹਿਬ ਕਹਿ ਰਹੇ ਕਿ ਇਸ ਕਬੂਤਰ ਦਾ ਮੈਂ ਸ਼ੌਕ ਕਰਾਉਣਾ ਚਾਹ ਰਿਹਾ ਸੀ। ਮੇਰਾ ਫੇਵਰਟ ਕਬੂਤਰ ਇਹ ਕੀ ਨਾਮ ਜੀ ਰਾਣਾ ਸਾਹਿਬ ਕਬੂਤਰ ਦਾ? ਇਹ ਮੇਰੇ ਦੋਸਤ ਨੇ ਸਈਦ ਸ਼ਾਹ ਸਾਹਿਬ, ਯਾਨੀ ਕਿ ਸਈਦ ਅਫਜ਼ਲ, ਸਈਦ ਅਫਜ਼ਲ ਗਿਲਾਨੀ ਸਾਹਿਬ ਕਬੂਤਰ ਨੇ ਜੀ ਬਿਲਕੁਲ। ਉਹ ਉਹਨਾਂ ਦੇ ਘਰ ਦਾ ਹੈ ਜੀ। ਪੰਜਾਬ ਕੱਪ ਦੇ ਵਿੱਚ ਜਦੋਂ ਉਹ ਪਿਆਰਾ ਉੜਿਆ ਸੀ ਕੀਆਂ ਦਾ, ਤੇ ਬੱਚਾ ਬੈਠਾ ਸੀ ਦੁਪਹਿਰ ਦਾ 7:46 ਦੇ ਜੀ ਜੀ ਹਨੇਰੇ 'ਚ ਨਾ, ਇਹੋ ਹੈ ਤੇ ਇਹਦਾ ਸ਼ੌਕ ਮੈਂ ਤੁਹਾਨੂੰ ਕਰਾਉਣਾ। ਮਤਲਬ ਮੋਸਟ ਫੇਵਰਟ ਮੇਰਾ ਬਾਜੀ ਦਾ ਜਿਹੜਾ ਪੱਠਾ ਹੈ ਨਾ ਜੀ, ਚੈੱਕ ਕਰੋ ਜੀ। ਬਾਕੀ ਤੁਹਾਨੂੰ ਇਹਦਾ ਕਲਰ ਔਰ ਕੁੰਦਾ ਵੀ ਚੈੱਕ ਕਰਵਾ ਦਿੰਦੇ ਹਾਂ। ਹਾਲੇ ਮੈਂ ਕਹੀ ਜਾ ਰਿਹਾ ਕਿ ਕਬੂਤਰ ਆਓ ਜੀ, ਕੀ ਹਾਲ ਹੈ? ਕਬੂਤਰ ਘੱਟ ਨੇ ਹਾਲੇ, 15 ਦਿਨ ਨੂੰ ਲੱਗਣੇ ਨੇ ਲੈਸ ਹੁੰਦੇ ਨਾ। ਹਾਂ ਜੀ, ਅਤੇ ਮੇਰਾ ਫੇਵਰੇਟ ਕਬੂਤਰ ਹੈ ਬਾਜੀ, ਜਾਣਾ ਨਾ ਨਾ ਲੈਦਾ ਗੱਲ ਹੈ। ਅਗਰ ਆ ਗਿਆ ਜੀ ਤਾਂ 2020 ਦਾ ਬਦਤਮੀਜ਼ ਮਸ਼ਹੂਰ ਹੋਏਗਾ ਇਹ, ਇਨਸ਼ਾਅੱਲਾ। ਮੌਲਾ ਪੰਚਨ ਪਾਕ ਦੇ ਸਦਕੇ ਵੀ 2020 ਦਾ ਕਹਿ ਰਹੇ ਰਾਣਾ ਸਾਹਿਬ ਕਿ ਬਹੁਤ ਹੀ ਬਹੁਤ ਅੱਛਾ ਕਬੂਤਰ ਸਾਬਤ ਹੋਏਗਾ। ਆ ਜੇ ਦੇਖੋ, ਇਹ ਫਰਾਂਸੀ ਔਰ ਬੜਾ ਫਰਾਂਸੀਆ ਕਬੂਤਰ ਸੀ, ਅਤੇ ਇੱਕ ਇਮਾਮਦੀਨ ਕਬੂਤਰੀ ਸ਼ਾਹ ਸਾਹਿਬ ਦੇ ਕੋਲ ਹੈ, ਬੜੀ ਗਾਲਬਨ ਲਾਹੌਰੋਂ ਆਈ ਹੈ, ਇਹ ਉਹਦਾ ਪੱਠਾ ਹੈ। ਅਤੇ ਇਹ ਜ਼ੈਨ ਜੱਟ ਨੇ ਇੱਕ ਮੂਵੀ ਚੜ੍ਹਾਈ ਸੀ, ਅਤੇ ਦੋ ਮੇਰੇ ਮਤਲਬ ਇਕੱਠੇ ਨਿਕਲ ਕੇ 8:05 ਅਤੇ ਔਰ 7:46 ਅਤੇ ਦੋ ਪਰਦਾ ਬੱਚਾ ਬੈਠਾ ਸੀ, ਇਹ ਕਬੂਤਰ ਸੀ। ਇਹ ਮੈਂ ਤੁਹਾਨੂੰ ਦੱਸਣਾ, ਮਾਸ਼ਾਅੱਲਾ ਸ਼ੋਅ ਕਰਵਾਉਣਗੇ। ਇਹ ਦੇਖੋ, ਇਹ ਮੇਰਾ ਅੰਦਰ ਦਾ ਕੇਜ ਹੈ, ਕੇਜ ਨੰਬਰ 5। ਆਹ ਇੱਕ ਪੱਟੀ ਵਾਲਾ ਹੈ ਸਾਡੇ ਕੋਲ, ਇਹ ਕਿੰਨੂ ਹੈ, ਮੈਂ ਆਪਣੀ ਖੂਬਸੂਰਤੀ ਤੋਂ ਰੱਖਿਆ ਹੈ। ਉਹ ਇੱਕ ਪਿੱਛੇ ਬੈਠਾ ਹੈ, ਅਤੇ ਬਕਾਇਆ ਸਾਰੇ ਕਬੂਤਰ ਹੈ ਦੇਖੋ। ਵੀ ਦੇਖ ਰਿਹਾ ਹੈ, ਅਤੇ ਇਹ ਖੁੱਡਾ ਨੰਬਰ ਮੇਰਾ 5 ਹੈ, ਅਤੇ ਇਹਦੇ ਵਿੱਚ ਇਹ ਤਕਰੀਬਨ ਤੁਸੀਂ ਹੈ ਤਾਂ ਲੱਗੇ ਸਾਰੇ ਹੀ ਨੇ ਹਨੇਰੇ ਦੇ, ਲੇਕਿਨ ਮੈਂ ਇਹ ਮਾਰਕਸ ਦਿੰਦਾ ਹੁੰਦਾ 80+। ਦੇਖੋ ਕੋਈ ਆਇਆ ਨਹੀਂ ਵੀ ਬਹਿੰਦਾ, ਅਤੇ 80% ਤੋਂ ਉੱਤੇ ਕਬੂਤਰ ਅੱਲਾ ਦੇ ਹੁਕਮ ਨਾਲ ਹਨੇਰੇ 'ਚ ਬੈਠਣਗੇ। ਮਤਲਬ ਜਿਸ ਦਿਨ ਮੌਸਮ ਨਰਮ ਹੋਏਗਾ, ਗਰਮੀ ਦੀ ਨਹੀਂ ਗੱਲ ਕਰ ਰਹੇ ਹਾਂ, ਕਿਉਂਕਿ ਫੈਸਲਾਬਾਦ 'ਚ ਟੈਂਪਰੇਚਰ ਬਹੁਤ ਸ਼ਦੀਦ ਹੁੰਦਾ ਹੈ। ਇਹ 5 ਨੰਬਰ ਖੁੱਡਾ ਹੈ, ਮੇਰੇ 6 ਕੇਜਿਸ ਨੇ, ਅਤੇ ਤਕਰੀਬਨ ਇੰਨੇ ਨੇ ਕਬੂਤਰ ਨੇ। ਇਹ ਜ਼ਰਾ ਸਪੈਸ਼ਲ ਸਕਾਡ ਹੈ, ਮਤਲਬ ਕਬੂਤਰਬਾਜ਼ੀ ਦਾ। ਇਹ ਦੇਖੋ, ਇਹ 6 ਨੰਬਰ ਖੁੱਡਾ, ਇਹ 'ਚ ਮਾਦੀਆਂ ਨੇ, ਅਤੇ ਜਿਨ੍ਹਾਂ ਦਾ ਬਿਲਕੁਲ ਮੈਨੂੰ ਵੀ ਨਹੀਂ ਪਤਾ ਇਹ ਕਿਹੜੀਆਂ ਕਿਹੜੀਆਂ ਨੇ, ਲੇਕਿਨ ਹੈ ਸਾਰੀਆਂ ਮੇਰੇ ਘਰ ਦੀਆਂ ਨੇ, ਕਿਉਂਕਿ ਮੈਂ ਮਤਲਬ ਕੰਮ ਸ਼ਾਮ 'ਚ ਮਸਰੂਫੀਅਤ ਦੀ ਵਜ੍ਹਾ ਤੋਂ ਨਹੀਂ ਆ ਸਕਿਆ। ਇਹ ਦੇਖੋ, ਸਾਰੇ ਮੈਂ ਆਪਣੇ ਜੋੜੇ ਲਗਾ ਕੇ ਅਤੇ ਘਰ ਦੇ ਕਬੂਤਰ ਤਕਰੀਬਨ ਬਣਾਏ ਨੇ, ਅਤੇ ਰਿਜ਼ਲਟ ਤਾਂ ਦੇਖੋ ਜੀ, ਆਪਣਾ ਕੀ ਕਹਿੰਦੇ ਉਹਨਾਂ ਨੂੰ, ਇਹ ਕੋਈ ਮਹਿਮਾਨ ਆਏ ਨੇ, ਇਹ ਜਨਾਬ ਆਏ ਨੇ ਕਾਮੋਕੀ ਤੋਂ, ਇਹ ਰਾਤ ਦੇ ਮੈਨੂੰ ਲੱਭਦੇ ਫਿਰਦੇ ਨੇ, ਖੀਰ ਇਹਨਾਂ ਨੂੰ ਮੈਂ ਲੱਭ ਗਿਆ। ਹਾਂਜੀ, ਅਤੇ ਇਹ ਮੇਰੇ ਫੇਸਬੁੱਕ ਹੀ ਫਰੈਂਡ ਨੇ ਅਹਿਸਾਨ ਸਾਬਰ, ਹੈਲੋ। ਹਾਂਜੀ, ਗੱਲ ਕਰ ਲਓ। ਹੈਲੋ, ਕੇਜ ਨੰਬਰ 4
ਕੇਜ ਨੰਬਰ 4 ਦੇ ਕੁਝ ਕਬੂਤਰ ਤੁਹਾਨੂੰ ਦਿਖਾਣਗੇ ਰਾਣਾ ਸਾਹਿਬ। ਹਾਂਜੀ ਬੋਸ, ਆ ਜਾਓ ਆ ਜਾਓ। ਯਾਰ ਮੈਂ ਜ਼ੈਨ ਨੂੰ ਰਾਤ ਦਾ ਕਿਹਾ ਸੀ ਭਾਈ ਆ ਜਾ ਆ ਜਾ ਆ ਜਾ, ਤੇ ਜ਼ੈਨ ਸਾਹਿਬ ਕਿਤੇ ਸਾਨੂੰ ਟਾਈਮ ਨਹੀਂ ਦੇ ਰਹੇ, ਤੇ ਜਨਾਬ ਹੋਰੀ ਕਿਤੇ ਮਸਰੂਫ ਨੇ, ਉਹਦੀ ਵਜ੍ਹਾ ਤੋਂ ਉਹ ਨਹੀਂ ਲਾਈਵ ਚਲਾ ਸਕੇ, ਤੇ ਕੱਲ ਉਹਨਾਂ ਦਾ ਚਲਾ ਦਿਆਂਗੇ, ਉਹ ਵੀ ਤੁਹਾਨੂੰ ਦਿਖਾ ਦਿਆਂਗੇ ਸਾਰਾ ਸ਼ੌਕ। ਜੀ ਜ਼ੈਨ ਸਾਹਿਬ ਅੱਜ ਨਹੀਂ ਆ ਸਕੇ, ਜ਼ੈਨ ਜੱਟ ਸਾਹਿਬ ਸਾਡੇ ਭਾਈ ਨੇ ਅਲਹਮਦੁਲਿਲਾ, ਅਤੇ ਉਹ ਅੱਜ ਕਿਸੇ ਕੰਮ ਦੇ ਸਿਲਸਿਲੇ 'ਚ ਕਿਤੇ ਮਸਰੂਫ ਸਨ ਅਤੇ ਉਹ ਨਹੀਂ ਆ ਸਕੇ। ਫਿਰ ਅਸੀਂ ਖੁਦ ਫਿਰ ਪਰ ਆਪਣੀ ਮਦਦ ਆਪ ਦੇ ਤਹਿਤ ਰਾਣਾ ਸਾਹਿਬ ਦੀ ਆਈ ਡੀ 'ਤੇ ਅਸੀਂ ਖੁਦ ਲਾਈਵ ਚਲਾ ਲਿਆ, ਅਤੇ ਇਨਸ਼ਾਅੱਲਾ ਨੈਕਸਟ 1-2 ਦਿਨ ਦੇ ਵਿੱਚ ਦੁਬਾਰਾ ਲਾਈਵ ਹੋਏਗਾ ਔਰ ਜ਼ੈਨ ਭਾਈ ਖੁਦ ਆ ਕੇ ਚਲਾਉਣਗੇ। ਅਤੇ ਇਸ ਲਈ ਜ਼ੈਨ ਭਾਈ ਨਹੀਂ ਆ ਸਕੇ, ਅਸੀਂ ਫਿਰ ਖੁਦ ਚਲਾ ਲਿਆ ਸੀ। ਅਸੀਂ ਛੱਤ 'ਤੇ ਵਿਜ਼ਿਟ ਕੀਤਾ ਅਤੇ ਇਸ ਵਾਰ ਖੁਦ ਹੀ ਅਸੀਂ ਆਪਣੀ ਆਈ ਡੀ ਤੋਂ ਨਾ ਰਾਣਾ ਸਾਹਿਬ ਨੇ ਚਲਵਾ ਲਿਆ। ਆਪਣਾ ਕਾਫੀ ਲੇਟ ਆਇਆ, ਇਹਦਾ ਮੈਨੂੰ ਪਤਾ। ਇਹ ਬਦਰੰਗ ਜਿਹੜਾ ਮੈਂ ਉੱਧਰ ਕਬੂਤਰ ਜ਼ੀਰਾ ਲਾਇਆ, ਮੇਰਾ ਫੇਵਰਟ, ਕੁਛ ਵੀ ਅਤੇ ਇਹ ਦੇਖੋ ਕਬੂਤਰ, ਇਨਸ਼ਾਅੱਲਾ ਜੇਠ ਚੁੜੇਗਾ। ਇਹ ਵੀ ਲਾਲ ਬੁੱਲੀਆਂ ਵਾਲੀ ਅਤੇ ਸਲਾਰਾ ਕਬੂਤਰ ਹੈ, ਮਾਦੀ ਮੇਰੀ ਲਾਲ ਬੁੱਲੀਆਂ ਵਾਲੀ ਹੈ ਅਤੇ ਨਾਲ ਸਲਾਰਾ। ਇਹ ਦੇਖੋ ਮਤਲਬ ਜੀਰੇ ਟਾਈਪ ਉਹ ਬਹੁਤ ਕੱਢ ਰਹੇ ਨੇ, ਹੁਣ ਵੀ ਮੇਰੇ ਖਿਆਲ 1-2 ਭਰਾ ਇਹਦੇ ਉੱਪਰ ਹੀ ਹੋਣੇ ਨੇ ਬੱਚੇ ਜੀਰੇ ਨਾ। ਅਤੇ ਇਹ ਦੇਖੋ, ਪਹਿਲੇ ਮੈਂ ਦੱਸ ਚੁੱਕਿਆ ਕਿ ਇੱਕ ਹੋਰ ਗੱਲ ਦੱਸ ਦੇਵਾਂ, ਅੱਜ ਇਹ ਬਗਲ ਦਾ ਜਿਹੜਾ ਪਹਿਲਾ ਪਾਰ ਹੁੰਦਾ ਨਾ, ਪਹਿਲਾ ਪਾਰ ਅਕਸਰ ਜਿਹੜੇ ਬੱਚੇ ਬਹੁਤ ਬੜੇ ਪਰਫਾਰਮਰ ਹੁੰਦੇ ਨੇ ਨਾ ਜੀ, ਅਤੇ 95% ਇਹ ਗਲਤ ਹੀ ਕੱਢਦੇ ਨੇ। ਇਹ ਵੀ ਮੇਰੀ ਇੱਕ ਟੈਕਨੀਕ 'ਚ ਸ਼ਾਮਿਲ ਹੈ। ਇਹ ਪਹਿਲਾ ਪਾਰ ਬਗਲ ਦਾ ਮਤਲਬ ਕੁੰਦੇ ਦੇ ਪਹਿਲੇ ਪਾਰ ਤੋਂ ਜਿਹੜਾ ਹੁੰਦਾ ਹੈ ਨਾ ਜੀ ਜੀ, ਇਹ ਵੀ ਬਹੁਤ ਪਰਵਾਜੀ ਕਬੂਤਰ ਹੁੰਦੇ ਨੇ। ਅਕਸਰ ਛੋਟਾ ਜਿਹਾ ਕੱਢ ਲੈਂਦਾ ਕੋਈ, ਜਿਹੜਾ ਮਰਜ਼ੀ ਚੈੱਕ ਕਰ ਲਏ ਤੁਹਾਨੂੰ ਪਤਾ ਲੱਗ ਜਾਏਗਾ ਇਹ ਕਿਤੇ ਨਾ ਕਿਤੇ। ਅਤੇ ਇਹ ਕਬੂਤਰ ਅੱਖ ਦਾ ਸ਼ੌਕ ਕਰੋ ਜੀ, ਇਹ ਵੀ ਲਾਲ ਬੁੱਲੀਆਂ ਵਾਲਾ ਕ੍ਰਾਸ 'ਚ ਇੱਕ ਹੱਥ ਮਤਲਬ ਕ੍ਰਾਸ 'ਤੇ ਕਰਨਾ ਹੀ ਪੈਂਦਾ ਹੈ ਜੀ। ਇੱਥੇ ਮੇਰੀ ਕੋਈ ਐਡੀ ਆਸ਼ਨਾਈ ਨਹੀਂ ਇਹਨਾਂ ਨਾਲ, ਇਹ ਮੈਨੂੰ ਜਾਣਦੇ ਨਹੀਂ, ਮੈਂ ਤੁਹਾਨੂੰ ਪਹਿਲੇ ਨੰਬਰ 'ਚੋਂ ਦਿਖਾਉਂਦਾ। ਤੁਨਾ ਕਹਿ ਰਹੇ ਨਜ਼ਰ ਨਹੀਂ ਆ ਰਿਹਾ ਜੀ, ਦੂਰਬੀਨ ਮਾਰੋ। ਬਹੁਤ ਸਾਰੇ ਵੀ ਦੋਸਤ ਕਹਿ ਰਹੇ ਨੇ ਸ਼ਾਹ ਪ੍ਰਵਾਸ ਦਿਖਾਓ ਰਾਣਾ ਸਾਹਿਬ। ਸ਼ਾਹ ਪ੍ਰਵਾਸ ਇੱਥੇ ਕ੍ਰਾਸ 'ਚ ਹੀ ਹੋਣਾ, ਮੈਂ ਤੁਹਾਨੂੰ ਦੱਸ ਦਿੰਦਾ। ਸ਼ਾਹ ਪ੍ਰਵਾਸ ਭਈਆ ਕਹਿ ਰਹੇ ਨੇ ਕ੍ਰਾਸ 'ਚ ਹੀ ਹੋਏਗਾ, ਉਹ ਤੁਹਾਨੂੰ ਦਿਖਾ ਦਿੰਦੇ, ਉਹ ਵੀ ਸ਼ੋਅ ਕਰਵਾਉਣਗੇ, ਮਤਲਬ ਤਕਰੀਬਨ ਇਹਦੇ ਵਿੱਚ ਜ਼ਿਆਦਾ ਹੀ ਨੇ ਜਿਹੜੇ ਕੇਸ 'ਚ ਆਏ ਨੇ, 1 ਨੰਬਰ ਇਹਦੇ 'ਚ ਹੈ ਨੇ, ਸ਼ਾਹ ਪ੍ਰਵਾਸ ਤੁਹਾਨੂੰ ਸ਼ੋਅ ਕਰਵਾ ਦਿੰਦੇ ਨੇ। ਕਿਹੜਾ ਕਬੂਤਰ ਹੈ ਜੀ ਰਾਣਾ ਸਾਹਿਬ? ਇਹ ਮਾਦੀ ਇਹ ਹੈ ਕੋਈ ਸ਼ਾਹ ਪਰਿਵਾਰ ਕ੍ਰਾਸ ਹੈ, ਔਰ ਬੜੀ 38 ਨੰਬਰਾਂ ਦੀ ਪੱਟੀ ਲੱਗਦੀ ਮੈਨੂੰ।
ਸ਼ਾਹ ਪ੍ਰਵਾਸ ਮਾਦੀ ਹੈ ਜੀ, ਦੇਖ ਲਓ ਜੀ ਕ੍ਰਾਸ ਦੇ ਵਿੱਚ, ਕ੍ਰਾਸ ਦੇ ਵਿੱਚ ਜਿਹੜੇ ਭਰਾ ਕਹਿ ਰਹੇ ਨੇ ਕ੍ਰਾਸ ਦੇ ਵਿੱਚ ਉਡਾਣ ਵਾਸਤੇ, ਮਤਲਬ ਉਡਾਣ ਵਾਸਤੇ ਬਣਾਈ ਹੈ। ਇਹਦਾ ਕਲਰ ਦੇਖ ਲਓ, ਕਲਰ ਦੇਖ ਲਓ ਜੀ ਇਹਦਾ, ਫਰਾਂਸੀ ਔਰ ਸ਼ਾਹ ਪ੍ਰਵਾਸ ਤਕਰੀਬਨ ਮੇਰੇ ਇੱਕ ਜੈਸੇ ਹੀ ਹੈ। ਇਹ ਮੈਂ ਆਪਣੀ ਨਾ ਤਕਰੀਬਨ ਕੁਛ ਦੋਸਤਾਂ ਨੇ ਮੈਨੂੰ ਕਈ ਦਫ਼ਾ ਕਿਹਾ ਸੀ, ਅਤੇ ਇੱਕ ਦਿਨ ਰਾਤ ਨੂੰ ਜ਼ੈਨ ਆਇਆ ਸੀ, ਅੱਜ ਮੈਂ ਜ਼ੈਨ ਨੂੰ ਕਿਹਾ ਸੀ, ਉਹਦੇ ਕੋਲ ਟਾਈਮ ਨਹੀਂ ਸੀ, ਸ਼ੌਕ ਦਾ ਕਿਹਾ ਸੀ ਅਤੇ ਨਹੀਂ ਮਿਲਿਆ। ਜੀ ਮੈਂ ਦੱਸਿਆ ਦੋਸਤਾਂ ਨੂੰ ਵੀ ਉਹ ਜ਼ੈਨ ਭਾਈ ਨਾ ਕਿਸੇ ਮਸਰੂਫ ਸਨ। ਲੋ ਜੀ ਜਿਹੜੇ ਭਾਈ ਕਹਿ ਰਹੇ ਨੇ ਸ਼ਾਹ ਪ੍ਰਵਾਸ, ਉਹ ਦੇਖ ਲਓ ਇਹ ਸ਼ਾਹ ਪ੍ਰਵਾਸ ਦੀ ਪੱਠੀ ਸੀ। ਹੈਲੋ ਜੀ, ਇਹ ਕਿਹੜਾ ਕਬੂਤਰ ਹੈ ਜੀ? ਇਹ ਵੀ ਲਾਲ ਬੁਲੀਆਂ ਵਾਲੇ ਕ੍ਰਾਸ, ਇਹ ਵੀ ਲਾਲ ਬੁਲੀਆਂ ਵਾਲੇ ਕ੍ਰਾਸ ਜੀ। ਅੱਖ ਦੇਖ ਲਓ ਜੀ, ਅੱਖ ਦਾ ਸ਼ੌਕ ਕਰੋ ਇਹਦੀ, ਮਤਲਬ ਪਹਿਲਾ ਸੀਜ਼ਨ ਹੈ ਇਹਨਾਂ ਨੂੰ, ਜੇਠ ਦਾ ਫੈਸਲਾਬਾਦ ਦੀ ਗਰਮੀ ਬਹੁਤ ਕ੍ਰਖਤ ਹੁੰਦੀ ਹੈ ਇੱਥੇ, ਅਤੇ ਇਨਸ਼ਾਅੱਲਾ ਤਾਲਾ ਇਸ ਵਾਰੀ ਪੂਰਾ ਇਹਨਾਂ ਦਾ ਇੱਧਰ ਆਓ ਦਾ ਚੈੱਕ ਕਰੋ ਜੀ। ਹੈਲੋ, ਮਤਲਬ ਹਾਲੇ ਮੈਂ ਕਿਹਾ 15-20 ਦਿਨ ਲੈਣੇ ਇਹਨਾਂ ਨੇ, ਲੈਸ ਹੋਣ ਲੱਗੇ ਨਾ, ਅਤੇ ਇਹ ਦੇਖੋ ਇਹ ਸਾਰੇ ਮੈਂ ਖੁਦ ਜੋੜੇ ਲਾ ਕੇ ਔਰ ਇਹ ਬੱਚੇ ਕਢਾ ਕੇ ਅਤੇ ਛੱਡੇ ਨੇ, ਅਤੇ ਇਨਸ਼ਾਅੱਲਾ ਤਾਲਾ ਕੋਈ ਮਜ਼ਾ ਜ਼ਰੂਰ ਆਏਗਾ। ਇਹ ਵੀ ਇਹਨਾਂ ਦੀ ਪੱਠੀ ਹੈ, ਸਾਡੇ ਬੜੇ ਪਿਆਰ ਵਾਲੇ ਜੀ, ਇੱਕ ਬੜੇ ਖਾਸ ਬੰਦੇ ਮਲਕ ਫਰੀਦੀ ਸਾਹਿਬ ਵੀ ਸਾਨੂੰ ਵਾਚ ਕਰ ਰਹੇ ਨੇ, ਅਸੀਂ ਉਹਨਾਂ ਨੂੰ ਵਾਚ ਕਰਦੇ ਰਹੀਦਾ, ਅਸੀਂ ਉਹਨਾਂ ਨੂੰ ਨਾਲ ਆਉਣ ਦਾ ਕਿਹਾ ਸੀ ਲੇਕਿਨ ਉਹ ਮਸਰੂਫ ਸੀ, ਉਹ ਵੀ ਨਹੀਂ ਆ ਸਕੇ, ਤੇ ਇਸ ਤੋਂ ਹੁਣ ਸਾਨੂੰ ਘਰ ਬੈਠੇ ਮੋਬਾਈਲ ਤੇ ਦੇਖ ਰਹੇ ਨੇ। ਉਹ ਕਬੂਤਰਬਾਜ਼ੀ ਕਰਨੀ ਫਿਰ ਬੜਾ ਕੁਝ ਪੈ ਜਾਂਦਾ, ਪਤਾ ਨਹੀਂ ਕੀ ਪੈ ਜਾਂਦਾ, ਫਿਲਹਾਲ ਲੱਭਾ ਤੇ ਕੋਈ ਨਹੀਂ। ਹਾਂਜੀ ਆਪਣੀ ਆਈ ਡੀ ਇਹ ਭਾਈ ਆਸਾਨ ਸਾਬਰ ਸਾਹਿਬ ਕਾਮੋ ਕੀ ਤੋਂ ਆਏ ਨੇ, ਅਤੇ ਕਾਮੋ ਕੀ ਪੂਰੇ ਨੂੰ ਮੇਰਾ ਸਲਾਮ ਹੈ, ਉਹਨਾਂ ਨੇ ਕਿਹਾ ਜੀ ਇੱਕ ਵਾਰੀ ਸਲਾਮ ਕਹਿ ਦਿਓ, ਅਤੇ ਬਲਕਿ ਜਿੰਨੇ ਦੋਸਤ ਦੇਖ ਰਹੇ ਸਾਰਿਆਂ ਨੂੰ ਹੀ ਇਹ ਜਾਣਦੇ ਹੀ ਹੋਣੇ ਸਾਰੇ ਲੋਕ। ਹਾਂਜੀ ਹਾਂਜੀ ਤੁਹਾਨੂੰ ਜਾਣਦੇ ਜੀ, ਨਹੀਂ ਉਹ ਆਉਂਦਾ ਮੁੰਡਾ ਫਰਾਣਾ ਪੜੀ ਹੈ। ਇਹ ਰਾਣਾ ਸਾਹਿਬ ਕਿਹੜਾ ਕਬੂਤਰ ਹੈ ਜੀ? ਇਹ ਵੀ ਇਹੀ ਫਰਾਂਸੀ ਸ਼ਾਹ ਪ੍ਰਵਾਸ ਕ੍ਰਾਸ, ਇਹ ਵੀ ਫਰਾਂਸੀ ਸ਼ਾਹ ਪ੍ਰਵਾਸ ਲਾਲ ਬੁਲੀਆਂ ਵਾਲਾ ਕ੍ਰਾਸ ਹੀ ਹੈ ਜੀ। ਮਿੱਠੀ ਸੁਣਿਆ ਮਾਦੀਆਂ ਅੰਦਰ ਕਰ ਓਏ, ਅੱਖ ਚੈੱਕ ਕਰੋ ਜੀ, ਪਰ ਟੁੱਟ ਜਾਣੇ ਭਰਾਂ ਪਿੱਛੇ। ਓਏ 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 ਉਲੀ ਦੀ ਪੱਠੀ ਹੈ, ਲਾਲ ਬੁਲੀਆਂ ਵਾਲੇ ਔਰ ਸ਼ਾਹ ਪ੍ਰਵਾਸ ਕ੍ਰਾਸ। ਹੈਲੋ, ਹੁੰਦਾ ਚੈੱਕ ਕਰੋ ਜੀ,
ਲੱਗੀ ਤੁਹਾਨੂੰ? ਲਓ ਜੀ ਮਾਦੀ ਦੇਖੋ। ਇਹ ਕਿਹੜੀ ਮਾਦੀ ਜੀ? ਇਹ ਮੇਰੇ 38 ਨੰਬਰ ਨੇ ਫਰਾਂਸੀਏ। 38 ਨੰਬਰ ਫਰਾਂਸੀਏ ਜੀ, ਅਤੇ ਉਹ ਤਾਂ ਕੋਈ ਟੈਡੀ ਕਰਾਸ ਲੱਗ ਰਿਹਾ ਮੈਨੂੰ, ਕਨਫਰਮ ਨਹੀਂ ਮੈਨੂੰ ਪਤਾ। ਜੀ ਮੂਸਾ ਨਵਾਬ ਸਾਹਿਬ ਵੀ ਆ ਗਏ ਨੇ ਜੀ, ਗੋਸ਼ੀ ਖਲੀਫਾ ਗੋਸ਼ੀ ਸਾਹਿਬ ਵੀ ਆ ਗਏ ਨੇ ਜੀ। ਸਾਨੂੰ ਬੜੇ ਤਸੱਲੀ ਨਾਲ ਕੁੰਦਾ ਔਰ ਅੱਖ ਦਾ ਸ਼ੌਕ ਕਰਵਾ ਰਹੇ ਨੇ। ਇਹ ਮਕਸਦ ਕਬੂਤਰ ਦਿਖਾਉਣਾ ਲੋਕਾਂ ਨੂੰ ਇਹ ਵੇ ਕਿ ਤਿਆਰੀ ਸ਼ਿਆਰੀ ਤਾਂ ਕਾਫੀ ਪੂਰੀ ਹੈ। ਆ ਨੱਸ ਗਏ ਭੱਜ ਗਏ, ਇਹ ਗੱਲਾਂ ਸ਼ੌਕ 'ਚ ਚੱਲਦੀਆਂ ਰਹਿੰਦੀਆਂ। ਨਾ ਹਰੀਫ ਨੂੰ ਕਰਨੀ ਚਾਹੀਦੀ, ਨਾ ਉਹਨਾਂ ਨੂੰ ਸਾਨੂੰ ਕਰਨੀ ਚਾਹੀਦੀ। ਗੱਲ ਇਹ ਆ ਕਿ ਗੱਲ ਤਾਂ ਉਹ ਜਿਹੜੀ ਬੈਠ ਕੇ ਖਤਮ ਹੋ ਜਾਂਦੀ। ਜੀ ਜੀ, ਆਹਮਣੇ ਸਾਹਮਣੇ ਬੈਠੋ, ਗੱਲਬਾਤ ਕਰੋ। ਕੋਈ ਉਹਨਾਂ ਨਾਲ ਜ਼ਿਆਦਤੀ ਹੋਈ, ਕੋਈ ਸਾਡੇ ਨਾਲ ਹੋਈ, ਜਿਹੜੇ ਦੋਸਤਾਂ ਨਾਲ ਵੀ ਸਾਡੀ ਬਾਜ਼ੀ ਲੱਗੀ, ਉਸ ਗੱਲ ਨੂੰ ਵਾਇੰਡ ਅਪ 'ਤੇ ਕਿਤੇ ਕਰਨਾ ਕਿ ਨਹੀਂ। ਗੱਲ ਇਹ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਤੋਂ ਮਸਲੇ ਮਸਾਇਲ ਨਹੀਂ ਬਣਾਈਦੇ। ਮੇਰੇ ਦੋਸਤ ਵੀ ਜਿੰਨੇ ਨੇ ਉਹ ਗੱਲ ਨੂੰ ਦੱਬਣ, ਨਾ ਕਿ ਉਹਨੂੰ ਮਤਲਬ ਐਕਸਪਲਾਈਡ ਕਰਨ ਕਿ ਕੋਈ ਮਤਲਬ ਮਸਲਾ ਹੀ ਬਣ ਜਾਏ। ਜੀ ਜੀ ਬਿਲਕੁਲ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਹੈਲੋ ਜੀ, ਇਹ ਪੱਠੀ ਮੈਨੂੰ ਯਾਦ ਆ ਗਈ ਹੈ ਜੀ। ਇਹ ਮੇਰੇ ਭਾਈ ਰੌ ਕਾਸ਼ਿਫ ਸਾਹਿਬ ਕਹਿੰਦੇ ਨੇ ਜਿਹੜੀ ਪੱਠੀ, ਇਹਦਾ ਹੁਣ ਮੈਨੂੰ ਇਲਮ ਨਹੀਂ, ਤੁਹਾਨੂੰ ਦੱਸਦਾ ਮੈਂ। ਇਹਨੂੰ ਉਹਨਾਂ ਨੇ ਨਾ ਆਪਣੇ ਨੰਬਰ ਵਾਲੀ ਠੱਲ ਪਾਈ ਹੈ, ਜਿਹੜੀ ਉਹਨਾਂ ਦੇ ਫੇਵਰੇਟ ਹੁੰਦੇ ਨੇ। ਅਤੇ ਦੇਖ ਲਓ ਕਿੰਨੀ ਗਏ, ਮਤਲਬ ਰਹਿਣਾ ਨਾ ਰਹਿਣਾ ਇੱਕ ਲਹਿਦਾ ਗੱਲ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਰ ਇਹ ਰਹਿ ਗਈ ਤਾਂ ਬਾਜ਼ੀ ਬੂਜ਼ੀ ਕਿਸੇ ਨਹੀਂ ਦੇਣੀ ਕੋਈ, ਅੱਲਾ ਦੇ ਹੁਕਮ ਨਾਲ। ਆ ਲਓ ਕਿਆ ਬਾਤ ਹੈ ਜੀ, ਕੁੰਦਾ ਚੈੱਕ ਕਰੋ ਜੀ। ਇੱਥੇ ਆ ਕੁੰਦੇ ਲੈਸ ਨਹੀਂ ਨੇ ਕਬੂਤਰ, ਮਤਲਬ ਲੈਂਥਾਂ ਇਹਨਾਂ ਦੀਆਂ ਘੱਟ ਨੇ, ਘੱਟ ਨੇ ਹਲੇ, ਦੋ ਦੋ ਤੇ 15 20 ਦਿਨ ਇਹਨਾਂ ਨੂੰ ਲੱਗਣੇ ਨੇ, 15 ਤੋਂ 20 ਦਿਨ। ਦੇਖੋ ਸਾਰੇ ਕੱਚੇ ਪਰ ਨੇ ਨਾ, ਇਹਨੂੰ 93 ਨੰਬਰ ਪਿਆ ਹੈ, 99 ਤਾਂ ਮੈਂ ਉਹ 'ਚ ਲੁੱਡੋ 'ਚ ਸੱਪ ਨਹੀਂ ਲੜ ਜਾਂਦਾ, ਬਿਲਕੁਲ 93 ਆ। ਭਾਈ ਦੀ ਫੇਵਰੇਟ ਆ ਜੀ, ਇਹਨੂੰ ਮਹਾਵਤ ਕਹਿ ਰਿਹਾ ਜੀ ਤੁੰਡਾ ਕਿ ਟੈਡਨ ਦੇ, ਟੈਡਨ ਮਾਦੀ। ਐਕਸਟਰਾ ਕੁਆਲਿਟੀ ਇਹਨਾਂ ਦੀ ਇਹ ਸਲਿਮ ਸਮਾਰਟ ਬੜੇ ਨੇ। ਇੱਥੇ ਰਾਤ ਤੋਂ ਬਗੈਰ ਕਬੂਤਰ ਨਹੀਂ ਹੁੰਦਾ। ਮੇਰੇ ਕੋਲ 170 ਬੱਚੇ ਗਿੱਝੇ ਨੇ, 170 ਬੱਚੇ ਗਿੱਝੇ ਨੇ। ਸੁਣ ਲਓ ਹੁਣ ਗੱਲ, ਮੈਨੂੰ ਕੋਈ ਨਾ ਤੁਹਾਡੀ ਤਿਆਰੀ ਆ, ਮੈਂ ਕਹਿੰਦਾ 1% ਨਹੀਂ ਆ ਉਹਦੀ ਵਜ੍ਹਾ। 25-25 30-30 ਬੱਚੇ ਅਗਲੇ ਦਿਨ ਬਹਿ ਰਹੇ ਨੇ, ਅਤੇ ਉਹ ਮੇਰਾ ਫਾਲਟ ਹੈ, ਮਤਲਬ ਵਿੱਚ ਕੁਆਲਿਟੀ ਨਹੀਂ ਹੈ, ਕਿਉਂਕਿ ਅਸੀਂ 2-3 ਮਹੀਨੇ ਇਹਦੀ ਮੁੰਡੇ ਦੀ ਪੈਰ ਟੁੱਟ ਗਿਆ ਸੀ, ਬੱਚੇ ਛੱਡ ਕੇ ਇੱਡੀ ਕੋਈ ਤਿਆਰੀ ਨਹੀਂ ਹੋ ਸਕੀ। ਅਤੇ ਮੇਰੀ ਸਭ ਤੋਂ ਪਹਿਲੀ ਗੱਲ ਇਹ ਵੇ ਕਿ ਜਿਹੜਾ ਹਨੇਰੇ 'ਚ ਨੀਨਾ ਲੱਗਾ ਉਹਦਾ ਤਾਂ ਫਾਇਦਾ ਹੀ ਕੋਈ ਨਹੀਂ, ਕਿਉਂਕਿ ਜੇਲ੍ਹ 'ਚ ਜਿੰਨੀ ਮਰਜ਼ੀ ਗਰਮੀ ਪਵੇ, ਇੱਕ ਦਿਨ ਬਾਰਿਸ਼ ਪੈ ਜੇ, ਕੋਲ ਠੰਡਾ ਹੋ ਜਾਵੇ, ਕਬੂਤਰ ਸ਼ਾਮ ਕਰ ਜਾਂਦਾ। ਅਤੇ ਜਦੋਂ ਸ਼ਾਮ ਕਰੇ ਫਿਰ ਆਇਆ ਇੱਧਰ ਨੂੰ ਚਲੇ ਜਾਏ ਤਾਂ ਫਾਇਦਾ, ਘੱਟ ਟੁੜੇ ਜੋ ਮਰਜ਼ੀ ਹੋਵੇ, ਰਾਤ 'ਤੇ ਤਾਂ ਲੱਗਾ ਹੋਵੇ। ਜਿਹੜਾ ਫੈਸਲਾ ਹੈ ਕਿ ਸ਼ਾਮ ਦੀ ਅਜ਼ਾਨਾਂ ਤੱਕ ਜਾ ਕੇ, ਨਹੀਂ ਨਹੀਂ ਅਕਸਰ ਫੈਸਲੇ ਮੇਰੇ ਉੱਥੇ ਹੀ ਹੁੰਦੇ ਆ, ਬਾਕੀ ਫੈਸਲਾ ਤਾਂ ਅੱਲਾਹ ਤਾਲਾ ਨੇ ਕਰਨਾ ਹੁੰਦਾ। ਲੇਕਿਨ ਜਿਹੜਾ ਹੁਣ ਵੀ ਜਿਹੜਾ ਮੈਚ ਹੋਏਗਾ ਸ਼ਾਮ ਤੱਕ ਚੱਲੇਗਾ? ਨਹੀਂ ਨਹੀਂ ਮੈਚ ਤਾਂ ਸਦੀਆਂ ਤੋਂ ਫੈਸਲਾਬਾਦ ਦੇ ਜਿੰਨੇ ਪਲੇਅਰ ਆ ਉਹ ਸ਼ਾਮ ਦਾ ਹੀ ਪਾਉਂਦੇ ਆ, ਮੈਂ ਹੀ ਨਹੀਂ ਜਿੰਨੇ ਵੀ ਆ। ਇਹ ਇਹ ਇੱਥੇ ਦੀ ਹਿਸਟਰੀ ਆ ਕਿ ਕਿਸੇ ਕੋਲ ਅਗਰ 2 ਰਹਿ ਗਏ ਨਾ ਤਾਂ ਉਹਨੇ ਦੋਵਾਂ ਨਾਲ ਵੀ 7.5 ਕਰਾ ਦਿੱਤੇ ਆਖਰੀ ਬਾਜ਼ੀ। ਅਤੇ ਗੱਲ ਇਹ ਆ ਕਿ ਪਲੇਅਰ ਮਤਲਬ ਤਕਰੀਬਨ 50 ਬਹੁਤ ਅੱਛੇ ਆ,
ਲੇਕਿਨ ਉਹਨਾਂ ਨੂੰ ਮੈਂ ਅਗਰ ਹੋਰ ਰੀਫਾਈਨ ਕਰਾਂ ਤਾਂ 20 ਪਲੇਅਰ ਤਾਂ 7 ਵਜੇ ਵਾਲੇ ਹੀ ਆ ਨਾ ਜੈਨੂਅਨ ਫਿਕਸ ਬਾਜ਼ੀ ਦੇ ਵਿੱਚ 7 ਵਜੇ ਵਾਲੇ 20 ਪਲੇਅਰ ਹੋਣਗੇ ਫੈਸਲਾਬਾਦ। ਮੈਂ ਤਾਂ ਆਪਣੇ ਹਰੀਫਾਂ ਦੀ ਵੀ ਤਾਰੀਫ ਕਰਦਾ ਵਾਂ, ਜੇ ਇਹਨੂੰ ਕੋਈ ਬਦਤਮੀ ਨਹੀਂ ਸਮਝਦਾ ਤਾਂ ਸਮਝੀ ਜਾਵੇ ਕਿਉਂ ਜੀ ਇਹ ਉਹਦਾ ਦਰਫ ਹੈ ਜੀ। ਖਤਰਨਾਕ ਇਹਦਾ ਨਾਮ ਦਿੱਤਾ ਗਿਆ ਜੀ, ਖਤਰਨਾਕ ਬਹੁਤ ਲੋਕਾਂ ਨੇ ਸੁਣਿਆ ਹੋਣਾ ਖਤਰਨਾਕ ਕਬੂਤਰ। ਇਹਦਾ ਅੱਜ ਦੇਖ ਲਓ ਉਨਾ ਸਾਹਿਬ ਨੇ ਜੀ ਇਹਨੂੰ ਨਾਮ ਦਿੱਤਾ ਜੀ, ਆ ਦੇਖੋ ਪਾ ਹਾਲੇ ਹੁਣ ਦਾਣਾ ਛਾਣਾ ਪੈਣ ਵਾਲਾ ਕਬੂਤਰਾਂ ਨੂੰ ਕਰੋ ਜੀ ਸ਼ੋਰ। ਇਹ ਰਾਣਾ ਮੁੰਨਾ ਸਾਹਿਬ ਦੇ ਕੋਈ ਦੋਸਤ ਆਏ ਨੇ ਇਹਨਾਂ ਦੇ ਰੈਫਰ ਤੋਂ ਇਹ ਭਾਜੀ ਰਾਣਾ ਸਾਹਿਬ ਤਾਂ ਸੁਣ ਸਕੇ ਜੀ ਸਾਨੂੰ ਦੇ ਆਪਰ ਕੀ ਬਾਤ ਹੈ ਕੀ ਆ ਵੀ ਮਾਦੀ ਪਹਿਲੇ ਵੀ ਤੂੰ ਦਿਖਾਈ ਸੀ ਨਾ ਉਸਦੇ ਪਾਗਲ ਇਹ ਜੀ ਟੁੰਨਾ ਸਾਹਿਬ ਕਹਿ ਰਹੇ ਜੀ ਇਹਦਾ ਨਾਂ ਲੋਹੇ ਤੋੜ ਹੈ ਔਰ ਇਹ ਮਤਲਬ 7-8 ਵਜੇ ਵੀ ਰਾਤ ਨੂੰ ਘਰ ਬਹਿ ਜਾਂਦੀ ਹੈ। ਅੱਗੋਂ ਟੈਂਪਰੇਚਰ 'ਚ ਦੇਖਾਂਗੇ ਜੀ ਕੀ ਬਣਦਾ, ਟੈਂਪਰੇਚਰ ਦੇ ਟੈਂਪਰੇਚਰ ਹੀ ਹੁੰਦਾ ਅਤੇ ਕਿਸੇ ਵੇਲੇ ਬੰਦੇ ਦੇ ਹੱਥੋਂ ਵੀ ਕਬੂਤਰ ਬਿਲਡ ਜਾਂਦੇ ਜੀ ਜੀ ਸਾਰੇ ਹੀ ਪਾ ਦੇਈਦੇ ਆ ਫੋਨ ਤੇ ਆਈ ਜਾਣੇ ਹੁਣ ਉਹਨੂੰ ਪਤਾ ਲੱਗ ਗਿਆ ਕਿ ਮੁੰਨਾ ਸਾਹਿਬ ਜਿੰਨੇ ਵੀ ਦੋਸਤ ਭਾਈ ਫੋਨ ਕਰ ਰਹੇ ਨੇ ਉਹ ਤਾਂ 2 ਮਿੰਟ ਠਹਿਰ ਸਿਰਫ ਥੋੜੀ ਦੇਰ ਦਾ ਵੇਟ ਕਰ ਲਓ, ਸਿਰਫ ਲਾਈਵ ਖਤਮ ਹੋਣ ਤੋਂ ਬਾਅਦ ਰਾਣਾ ਸਾਹਿਬ ਨਾਲ ਕੰਟੈਕਟ ਕਰ ਲੈਣਾ ਜੀ ਸਿਰਫ ਨਾ ਥੋੜ੍ਹਾ ਜਿਹਾ ਫਿਰ ਉਹ ਲਾਈਵ ਦੇ ਵਿੱਚ ਮਸਲਾ ਬਣ ਰਿਹਾ ਮਲਕ ਸਾਹਿਬ ਨੇ ਜੀ ਰੌ ਕਾਸ਼ਵ ਸਾਹਿਬ ਆ ਗਏ ਨੇ ਪਸੰਦ ਆ 26 ਨੰਬਰ ਲੇਕਿਨ ਉਹ ਲੱਗਾ ਹੀ ਨੀ, ਫਾਇਦਾ ਹੀ ਕੋਈ ਨੀ, ਅਸੀਂ ਆਏ ਹੀ ਨੀ। ਇਹ ਮੇਰੇ ਹੁੰਦੇ ਉਸ ਦਿਨ ਰਾਤ ਰਿਹਾ, ਮਤਲਬ 7:45 ਵਜੇ ਵੀ ਇਹਨੇ ਬੀਟ ਮਾਰੀ ਬਹਿ ਨਹੀਂ ਸਕਿਆ। ਹੈ ਟੈਡੀ ਕ੍ਰਾਸ, ਇਹ ਟੈਡੀ ਕ੍ਰਾਸ ਹੈ 26 ਨੰਬਰ ਬੱਚਾ। ਹੈਲੋ ਇਹ ਐ ਦਾ ਪਾ ਦੇ, ਐ ਪਰ ਵੀ ਚੈੱਕ ਕਰੋ ਜੀ। ਜੀ ਆਪਣੇ ਰਾਣਾ ਸਾਹਿਬ ਦੇ ਸ਼ਗਿਰਦ ਨੇ ਤੇ ਸਾਡੇ ਭਾਈ ਨੇ ਜੀ ਮਲਕ ਵਹੀਦ ਸਾਹਿਬ। ਅਸਲਾਮ ਵਾਲੇਕੁਮ ਸਲਾਮ ਜੀ ਮਲਕ ਸਾਹਿਬ, ਕੀ ਹਾਲ ਚਾਲ? ਅਤੇ ਉਹ ਵੱਡੇ ਉਸਤਾਦ ਹੁਣ ਵੀ ਆ ਗਏ ਨੇ ਜੀ ਰੌ ਕਾਸ਼ਿਫ ਸਾਹਿਬ, ਉਹਨਾਂ ਦੀ ਵੀ ਤੁਹਾਡੇ ਨਾਲ ਕੁਛ ਗੁਫ਼ਤਗੂ ਕਰਵਾਉਂਦੇ ਜੀ। ਅਸਲਾਮ ਵਾਲੇਕੁਮ ਜੀ, ਠੀਕ ਠਾਕ ਜੀ? ਠੀਕ ਠਾਕ ਜੀ, ਆਪ ਸੁਣਾਏ ਜੀ? ਪਤਾ ਨਹੀਂ ਲਗੜ ਮਗੜ ਗਿਆ ਇਹ ਬੱਚਾ ਤਾਂ ਮੈਂ ਬਰੀਕੀ ਦੇਖਿਆ ਸੀ ਬਹੁਤ ਨਾ ਹੁਣ ਸਾਡਾ ਸੈਂਟਰ 'ਚ। ਹੈਲੋ ਭਾਈ, ਇਹਨੇ ਨਹੀਂ ਮੈਨੂੰ ਲੱਗਦਾ ਬਹਿਣਾ
ਨਹੀਂ ਕੁਛ ਨਹੀਂ ਹੋਇਆ, ਚੰਗਾ ਸੁੱਟ ਜਾਵੇ ਬਹਿ ਜਾਏਗਾ। ਉਹ ਲੱਖਾਂ ਦੇ ਬੱਚਾ ਲਿਆ ਕਿੱਥੇ, ਉੱਪਰ ਥੱਲੇ ਹੈ ਲੱਖਾਂ ਬੱਚਾ ਮੰਗਵਾ ਰਹੇ ਨੇ ਰਾਣਾ ਸਾਹਿਬ ਜੀ, ਉਹ ਵੀ ਕਿਸੇ ਫੜਕ ਨਹੀਂ ਬੈਠਾ ਭਾਈ, ਤੁਹਾਨੂੰ ਸ਼ੌਕ ਕਰਵਾਉਣਗੇ ਜੀ। ਹਾਂਜੀ ਲਿਫਨ ਵੀਰ ਨਾਲ ਬਾਜੀ ਲਈ ਜਿਹਨਾਂ ਨੇ ਆਏ ਨੇ ਕੌਣ ਉਹ ਆ ਚੱਲੇ ਐ। ਲਓ ਜੀ ਤੁਹਾਨੂੰ ਲਾਈਵ ਦੇ ਵਿੱਚ ਰਾਣਾ ਸ਼ਦਾਬ ਸਾਹਿਬ ਦੇਖ ਰਹੇ ਨੇ, ਆਵਾਜ਼ ਕਰ ਰਹੇ ਨੇ, ਪਹੁੰਚ ਵੀ ਗਏ ਨੇ। ਸ਼ਗਿਰਦ ਸਦਰ ਕਾਲਾ ਡੋਗਰ, ਸ਼ਗਿਰਦ ਸਦਰ ਕਾਲਾ ਡੋਗਰ ਸਾਹਿਬ ਤੇ ਆ ਗਏ ਨੇ ਜੀ, ਯਕੀਨ ਨੇ। ਔਰ ਅਸੂ ਦੇ ਵਿੱਚ ਇਸ ਦਫਾ ਚੈਂਪੀਅਨ ਟਰਾਫੀ ਸੈਕਿੰਡ ਵੀ ਆਏ ਨੇ, ਫਸਟ ਮੈਚ ਜੀ ਜੱਟ ਫਾਂ ਚਲੋ ਆਹੋ ਕਿੱਥੋਂ ਉੱਥੇ ਜਾਣਾ, ਇੱਥੋਂ ਕਿ ਉੱਥੇ ਜਾਣਾ। ਇਹ ਮੇਰੀ ਛੱਤ ਹੈ ਜੀ, ਇਹ ਟੋਟਲ ਇਹ ਇਹਦਾ ਸਾਈਡ ਵਿਊ ਹੈ, ਇਹ ਸਾਈਡ ਵਿਊ ਹੈ, ਇਹ ਬੈਕ ਸਾਈਡ ਹੈ ਸਾਰੀ, ਅਤੇ ਇਹ ਕੇਜ ਨੰਬਰ 1 ਨੇ, ਇਸ ਤਰ੍ਹਾਂ ਹੀ ਉੱਪਰ ਜਾਲ ਨੇ, ਔਰ ਇਹ 6 ਕੇਜ ਨੇ ਇਸ ਤਰ੍ਹਾਂ, ਅੱਗੇ ਜਾਫਰੀਆਂ ਨੇ, ਜਾਫਰੀਆਂ ਦੇ ਉੱਤੇ ਜਾਲ ਕੋਈ ਨਹੀਂ ਨੇ ਇਸ ਤਰ੍ਹਾਂ। ਅਤੇ ਇਹ ਕਲੋਨੀ ਹੈ, ਇਹ ਸੁਸਾਇਟੀ ਹੈ ਜਿਹਦੇ ਵਿੱਚ ਮਤਲਬ ਇਹ ਅਸੀਂ ਛੱਤ ਬਣਾਈ ਹੋਈ ਹੈ। ਇਹ ਦੇਖੋ ਬੱਚੇ, ਪਿੱਛੇ ਮੌਸਮ ਖਰਾਬ ਰਿਹਾ ਹੈ ਅਤੇ 7-8 ਦਿਨ ਨਿਕਲੇ ਨਹੀਂ, ਅਤੇ ਉਹ ਛੱਡੀ ਛੁੱਡੀ ਜਾ ਰਹੇ, ਹੁਣ ਕੋਈ 4-4-5-5 ਘੰਟੇ ਲਾ ਰਹੇ ਨੇ। ਬੱਚੇ ਆਏ ਨੇ 160-170 ਅਤੇ ਲੇਕਿਨ ਉਹ ਏਡੇ ਕੋਈ ਹਨੇਰੇ ਹੀ ਨਹੀਂ ਲੱਗੇ ਅਤੇ ਏਡੀ ਕੋਈ ਤਿਆਰੀ ਨਹੀਂ, ਲੇਕਿਨ ਆ ਹੁਣ 15-20 ਦਿਨ ਰਹਿੰਦੇ ਨੇ, ਹੁਣ ਆ ਗਏ ਅਸੀਂ ਦੋਵੇਂ, ਅਤੇ ਇਨਸ਼ਾ ਅੱਲਾਹ ਤਾਲਾ ਇਹਦਾ ਨਾ ਕੁਛ ਕਰਾਂਗੇ ਜ਼ਰੂਰ। ਕਿਹੜੀ ਬੱਚਾ ਇੱਕ ਆ ਰਿਹਾ 8 ਪਰ ਦਾ ਉੱਪਰੋਂ ਜੀ, ਇਹ ਕਹਿੰਦੇ ਹਨੇਰੇ ਹੀ ਲੱਗਾ ਹੈ, ਉਸਤਾਦ ਹੋਣੀ ਕਹਿ ਰਹੇ ਨੇ ਲੱਗਾ ਹੈ ਜੀ, 4-5 ਦਿਨ ਪਹਿਲੇ ਛੱਡਿਆ ਜੀ, ਉਧਰ ਬੈਠਾ ਨੇ। ਇਹ ਦੇਖੋ ਇਹ 8 ਪਰ ਦਾ ਹੈ, ਇਹ ਲਾਲ ਬੁਲੀਆਂ ਵਾਲਾ ਕ੍ਰਾਸ ਹੈ ਜੀ, ਅਤੇ ਇਹ ਹੁਣ ਤਕਰੀਬਨ 7 ਕੁ ਵਜੇ ਦੇ ਛੁੱਟੇ ਨੇ, ਕੁਛ 6-6 ਘੰਟੇ ਲਾ ਰਹੇ ਨੇ, 5-5-6-6 ਦਿਨ ਤੋਂ ਡੱਕੇ ਸੀ, ਅਤੇ ਇਹ ਬਹਿ ਰਿਹਾ ਹੈ। ਇਹ ਦੇਖੋ ਪਹਿਲੇ ਵੀ ਬੱਚੇ ਬੈਠੇ ਨੇ, ਕੋਈ ਢੇਰ ਕੁ ਉਹਨਾਂ ਨੂੰ ਡੱਕ ਰਹੇ ਨੇ। ਭਰਾ ਨੇ ਤਾਂ ਮੇਰੇ ਵੱਲ ਕਰੀ ਜਿਹੜਾ ਫੋਕਸ, ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ, ਅਤੇ ਜਿੰਨੇ ਦੋਸਤ ਦੇਖ ਰਹੇ ਨੇ ਯਾਰ ਉਹਨਾਂ ਦਾ ਮੈਂ ਬੜਾ ਮਸ਼ਕੂਰ ਹਾਂ। ਅਤੇ ਜ਼ੈਨ ਨੂੰ ਮੈਂ ਕਿਹਾ ਸੀ, ਜ਼ੈਨ ਆ ਨਹੀਂ ਸਕਿਆ, ਜ਼ੈਨ ਸਾਹਿਬ ਆਪਣੇ ਕਿਤੇ ਗਏ ਨੇ, ਕੀ ਹਾਲ ਠੀਕ ਹੈ। ਅਤੇ ਮਾਸ਼ਾਅੱਲਾ ਤਿਆਰੀ ਬੜੀ ਹੈ, ਸਭ ਦੀ ਤਿਆਰੀ ਹੈ, ਅਤੇ ਕਹਿਣ ਦਾ ਮਕਸਦ ਇਹ ਵੀ ਕਿ ਤੁਹਾਨੂੰ ਕਬੂਤਰਾਂ ਦਾ ਮਜ਼ਾ ਆਇਆ ਹੋਵੇਗਾ। ਜਿਹਨਾਂ ਨੇ ਸਲਾਮ ਕੀਤਾ ਉਹਨਾਂ ਨੂੰ ਵਾਲੇਕੁਮ ਸਲਾਮ, ਅਤੇ ਜਿਹੜੇ ਨਵੇਂ ਵਿੱਚ ਨੇ ਉਹਨਾਂ ਨੂੰ ਮੇਰੇ ਵੱਲੋਂ ਅਸਲਾਮ ਵਾਲੇਕੁਮ। ਸਿਰਫ ਦੁਆਵਾਂ ਦੀ ਮੈਨੂੰ ਜ਼ਰੂਰਤ ਹੈ, ਕਬੂਤਰ ਫਨ ਅੱਲਾਹ ਤਾਲਾ ਨੇ ਬੜਾ ਅੱਛਾ ਦਿੱਤਾ ਕੰਪੀਟੀਸ਼ਨ ਲਈ, ਅਤੇ ਦੁਆਵਾਂ 'ਚ ਯਾਦ ਰੱਖਣਾ, ਔਰ ਦੁਆ ਤਾਂ ਕਿਸੇ ਦੀ ਵੀ ਲੱਗ ਜਾਂਦੀ ਹੈ, ਅਤੇ ਇਨਸ਼ਾ ਅੱਲਾਹ ਤਾਲਾ ਸਦਕਾ ਪੰਜਤਨ ਪਾਕ ਦਾ ਚੈਂਪੀਅਨ 2020 ਚੈਂਪੀਅਨਸ਼ਿਪ 2020 ਇਨਸ਼ਾ ਅੱਲਾਹ ਤਾਲਾ ਜੇਠ ਫੈਸਲਾਬਾਦ ਇੱਕ ਦਫ਼ਾ ਫਿਰ ਰਾਣਾ ਮੁੰਨਾ ਹੀ ਹੋਏਗਾ। ਅਸਲਾਮ ਵਾਲੇਕੁਮ। ਲਓ ਜੀ ਦੋਸਤੋ ਇਜਾਜ਼ਤ ਦਿੰਦੇ ਤੁਹਾਨੂੰ, ਸਾਨੂੰ ਵੀ ਇਜਾਜ਼ਤ ਦਿਓ, ਓਕੇ ਜੀ, ਅੱਲਾ ਹਾਫਿਜ਼।